हेलो एवरीवन, दोस्तों स्वागत है तुहाडा साडे सोशल मीडिया प्लेटफॉर्म दे उत्ते। हमेशा दी तरह तुहाडे नाल हाजिर हाँ एक सक्सैसफुल कैंडिडेट नूं तुहाडे नाल रूबरू कराउण दे लई। हमेशा दी तरह कोशिश हुंदी है तुहानूं कोई ना कोई ऐसे कैंडिडेट नाल जरूर मिलाइए जिस तों तुहानूं कुछ सीखण नूं मिले, कुछ लर्निंग होवे ते कुछ अवेयरनैस आ सके। दोस्तों अज दा वीडियो बहुत खास हैगा क्योंकि अज साडे नाल हरप्रीत ने जो कि हैलो माजरा चंडीगढ़ दे रहिंदे ने ते इन्होंने कैनेडा का स्टूडेंट वीजा अपलाई किया सीगा कैम्बरियन कॉलेज हैंसन दे लई किसी होर कंसल्टेंट कोलों ते इन्हां नूं जिहड़ा हैगा अनफॉर्चुनेट जिहड़ी है रिफ्यूजल का सामना करना पिया। सो दोस्तों अज एक ऐसा टाइम चल रहा है जिथे स्टूडेंट वीजा दे रिजल्ट काफी लेट हो रहे ने ते मार्केट दे विच बहुत सारे र्यूमर चल रहे ने, बहुत सारे ऐसे कई कंसल्टेंट ने जिहड़े इह र्यूमर फैला रहे ने कि कैनेडा ने जिहड़ा हैगा वीजा देना बंद कर दिता हैगा, खास करके प्लस टू वाले बच्चों डिप्लोमा कोर्सेस दे विच जा रहे ने जां प्राइवेट कॉलेज दे विच जा रहे ने। पर इस तरह का बिल्कुल नहीं हैगा, टाइम टू टाइम ये चीज असीं तुहाडे नाल शेयर करते रहने आ। बहुत सारे जिहड़े कैंडिडेट ने उन्होंने रिजल्ट आ रहे ने पर क्योंकि बैकलॉग ज्यादा होने करके रिजल्ट दे विच डिले हैगा। ये भी सच्चाई हैगी है कि पिछले सालों के कंपैरिजन इस बार जिहड़ा हैगा कैनेडा दा स्टूडेंट वीजा दे विच जिहड़ी है रिफ्यूजल रेट दे विच काफी वाधा होया हैगा। उहदे बहुत सारे कारण ने जिन्हां दे विचों काफी हद तक जिहड़ा हैगा बैकलॉग दे कारण जिहड़ा फाइल दा रश हैगा उह भी हैगा क्योंकि कुछ डिसीजन जिहड़े ने उन्होंने सॉफ्टवेयर दे थ्रू लेने शुरू कर दिते ने। बहुत सारे अच्छे प्रोफाइल दे केसिस दे विच भी इस तरह का होया हैगा कि उन्होंने रिफ्यूजल का सामना करना पिया। पर साढ़े भी कुछ केसिस सीगे जिन्हां नूं रिफ्यूजल आई, पर अच्छी जिहड़ी गल इह हैगी है कि जेकर तुहाडा केस अच्छा हैगा, तुहाडे अकैडमिक्स अच्छे हैगे ने, तुहाडा आइल्स अच्छा हैगा तां तुसीं कैनेडा दा दुबारा वीजा रीअप्लाई करके ਤੁਸੀਂ ਵੀਜ਼ਾ ਪ੍ਰਾਪਤ ਕਰ ਸਕਦੇ ਹੋ। ਸੋ ਅੱਜ ਦਾ ਵੀਡੀਓ ਤੁਹਾਨੂੰ ਵੀ ਹੋਪ ਦੇਗਾ ਕਿ ਤੁਹਾਨੂੰ ਕੋਈ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਹੈ ਜੇ ਤੁਹਾਡਾ ਰਿਜ਼ਲਟ ਹਜੇ ਪੈਂਡਿੰਗ ਹੈਗਾ, ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੈ ਕਿ ਤੁਹਾਡਾ ਵੀਜ਼ਾ ਨਹੀਂ ਆ ਸਕਦਾ। ਦੂਸਰਾ, ਜੇਕਰ ਤੁਸੀਂ ਇੱਕ ਜੈਨੂਇਨ ਸਟੂਡੈਂਟ ਹੋ, ਕੁਆਲੀਫਾਈ ਕਰਦੇ ਹੋ ਕੈਨੇਡਾ ਦੇ ਸਟੂਡੈਂਟ ਵੀਜ਼ਾ ਦੀ ਜੋ ਵੀ ਰਿਕੁਆਇਰਮੈਂਟਸ ਨੇ ਖਾਸ ਕਰਕੇ ਆਇਲਸ ਨੂੰ ਲੈ ਕੇ ਤੇ ਅਕੈਡਮਿਕਸ ਨੂੰ ਲੈ ਕੇ, ਤਾਂ ਜੇਕਰ ਤੁਹਾਡਾ ਕਿਸੇ ਕਾਰਨ ਰਿਫਿਊਜ਼ਲ ਵੀ ਆ ਜਾਂਦਾ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਰਿਫਿਊਜ਼ਲ ਕੋਈ ਐਂਡ ਨਹੀਂ ਹੈਗਾ, ਤੁਸੀਂ ਆਪਣੀ ਫਾਈਲ ਸਹੀ ਤਰੀਕੇ ਨਾਲ ਦੁਬਾਰਾ ਅੰਬੈਸੀ ਦੇ ਵਿੱਚ ਲਗਾ ਕੇ ਵੀਜ਼ਾ ਪ੍ਰਾਪਤ ਕਰ ਸਕਦੇ ਹੋ। ਸੋ ਇਹਨਾਂ ਦਾ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ। ਹਰਪ੍ਰੀਤ, ਸਭ ਤੋਂ ਪਹਿਲਾਂ ਤੁਹਾਨੂੰ ਕੰਗ੍ਰੈਚੁਲੇਸ਼ਨ। ਥੈਂਕ ਯੂ ਸਰ। ਸਰ ਤੁਹਾਨੂੰ ਵੀ ਮੁਬਾਰਕਾਂ, ਤੁਹਾਡਾ ਵੀਜ਼ਾ ਆ ਗਿਆ। ਹਾਂਜੀ, ਸਾਡੇ ਵੀਅਰਸ ਨੂੰ ਥੋੜਾ ਆਪਣੇ ਬਾਰੇ ਦੱਸੋ। ਹੈਲੋ ਐਵਰੀਵਨ, ਮਾਈ ਨੇਮ ਇਜ਼ ਹਰਪ੍ਰੀਤ ਕੌਰ, ਆਈ ਐਮ ਫਰਮ ਚੰਡੀਗੜ੍ਹ। ਆਈ ਪਾਸ ਮਾਈ 12th ਇਨ 2022 ਐਂਡ ਮਾਈ ਕੋਰਸ ਇਜ਼ ਹੋਸਪਿਟੈਲਿਟੀ ਐਂਡ ਕਾਲਜ ਇਜ਼ ਕੈਮਰਨ ਹੈਂਸਨ। ਓਕੇ, ਹਰਪ੍ਰੀਤ, ਤੁਸੀਂ ਪਹਿਲਾਂ ਤੁਹਾਡਾ ਰਿਫਿਊਜ਼ਲ ਆ ਗਿਆ ਸੀਗਾ? ਹਾਂਜੀ। ਕਿੱਥੋਂ ਫਾਈਲ ਲਗਾਈ ਸੀ ਤੁਸੀਂ? ਮੈਂ ਮਨੀ ਮਾਜਰਾ ਦੇ ਏਜੰਟ ਕੋਲ ਲਗਾਈ ਸੀਗੀ। ਓਕੇ, ਕੀ ਰੀਜ਼ਨ ਰਿਹਾ ਤੁਹਾਡੀ ਰਿਫਿਊਜ਼ਲ ਦਾ, ਕਿਉਂ ਤੁਹਾਡਾ ਕੇਸ ਰਿਫਿਊਜ਼ ਹੋਇਆ? ਸ਼ਾਇਦ ਉਹਨਾਂ ਦਾ ਥੋੜਾ ਗਾਈਡੈਂਸ ਦਾ ਗਲਤ ਸੀ ਤਰੀਕਾ, ਜਾਂ ਫਿਰ ਉਹਨਾਂ ਨੇ ਫਾਈਲ ਨਹੀਂ ਚੰਗੀ ਤਰ੍ਹਾਂ ਮੇਰੀ ਪੜ੍ਹੀ ਜਾਂ ਲਗਾਈ, ਹਨਾ, ਕਿਉਂਕਿ ਮੇਰੇ ਬੈਂਡ ਵੀ ਠੀਕ ਸੀਗੇ ਤੇ ਮੇਰੇ ਪਰਸਨਲਸ ਵੀ ਵਧੀਆ ਸੀਗੇ। ਓਕੇ, ਤੇ ਉਹਨਾਂ ਨੇ ਮੇਰਾ ਪਹਿਲਾਂ ਗੈਪ ਵੀ ਨਹੀਂ ਜਸਟੀਫਾਈ ਕਰਿਆ ਸੀ ਕਿਉਂਕਿ ਮੇਰੀ ਪਲੱਸ ਟੂ 2020 ਚ ਸੀਗੀ। ਮੇਰੇ ਯਾਦ ਹੈ ਜਦੋਂ ਤੁਸੀਂ ਤੁਹਾਡਾ ਰਿਫਿਊਜ਼ਲ ਆਇਆ ਸੀ, ਤੁਹਾਡੇ ਫਾਦਰ ਆਏ ਸੀ ਸਾਡੇ ਕੋਲ, ਠੀਕ ਹੈ, ਤਾਂ ਤੁਸੀਂ ਬਹੁਤ ਅਪਸੈਟ ਸੀਗੇ, ਬਹੁਤ ਇਮੋਸ਼ਨਲ ਸੀਗੇ। ਹੁਣ ਕਿਵੇਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਹੈ। ਬਹੁਤ ਵਧੀਆ ਲੱਗ ਰਿਹਾ ਹੈ। ਫਾਈਨਲੀ ਉਦੋਂ ਕਿਵੇਂ ਗਿਆ ਸੀਗਾ ਕਿ ਸਭ ਕੁਝ ਖਤਮ ਹੋ ਗਿਆ, ਡ੍ਰੀਮ ਮੇਰਾ ਜਿਹੜਾ ਸੀ ਕੈਨੇਡਾ ਜਾਣ ਦਾ, ਫਿਰ ਜਦੋਂ ਤੁਸੀਂ ਸਾਡੇ ਕੋਲ ਆਏ ਸੀਗੇ ਤੇ ਉਦੋਂ ਕਿੱਦਾਂ ਲੱਗਿਆ ਸੀ? ਮੈਂ ਜਿਵੇਂ ਤੁਹਾਨੂੰ ਕਿਹਾ ਸੀ ਕਿ ਤੁਹਾਨੂੰ ਬਾਰ ਅਪਲਾਈ ਕਰਨਾ ਚਾਹੀਦਾ, ਤਾਂ ਉਦੋਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਸੀ ਕਿ ਠੀਕ ਹੈ ਇਹ ਡਿਸੀਜਨ ਰੀਅਪਲਾਈ ਕਰਨ ਦਾ? ਜਦੋਂ ਮੈਂ ਇਹਨਾਂ ਕੋਲ ਆਈ ਸੀ ਤਾਂ ਮੈਂ ਬੜੀ ਲੋ ਫੀਲ ਕਰ ਰਹੀ ਸੀ ਕਿ ਪਤਾ ਨਹੀਂ ਹੁਣ ਕੀ ਆਊਗਾ, ਮੇਰਾ ਵੀਜ਼ਾ ਆਊਗਾ ਜਾਂ ਨਹੀਂ। ਬਟ ਫਿਰ ਸਰ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਤੇ ਮੈਨੂੰ ਕਿਹਾ ਕਿ ਤੁਸੀਂ ਇੱਕ ਵਾਰ ਦੁਬਾਰਾ ਟਰਾਈ ਕਰੋ, ਤਾਂ 99% ਵੀਜ਼ਾ ਆਊਗਾ ਤੇ 1% ਇਹਨਾਂ ਦੇ ਹੱਥ ਵਿੱਚ ਵੀ ਨਹੀਂ ਹੁੰਦਾ ਹੈਗਾ, ਸਾਡੀ ਕਿਸਮਤ ਵੀ ਹੈਗੀ ਕੁਛ। ਬਟ ਇਹਨਾਂ ਦੀ ਗਾਈਡੈਂਸ ਤੇ ਫਾਈਲ ਲਗਾਉਣ ਦਾ ਤਰੀਕਾ ਬਹੁਤ ਵਧੀਆ ਸੀਗਾ। ਮੈਂ ਸਭ ਨੂੰ ਰეკਮੈਂਡ ਕਰਦੀ ਕਿ ਇਹਨਾਂ ਕੋਲ ਆਓ ਤੇ ਆਪਣੀ ਫਾਈਲ ਲਗਵਾਓ। ਉਹਦਾ ਇਹ ਰੀਜ਼ਨ ਸੀਗਾ ਕਿ ਇਹਨਾਂ ਨੂੰ ਕਿਉਂ ਅਸੀਂ ਇਹ ਜਿਹੜਾ ਹੈਗਾ ਭਰੋਸਾ ਦਿਵਾਇਆ ਕਿ ਤੁਹਾਡਾ ਵੀਜ਼ਾ ਆ ਸਕਦਾ ਹੈ, ਕਿਉਂਕਿ ਇਹਨਾਂ ਦੇ ਜਿਹੜੀ ਅਕੈਡਮਿਕਸ ਬਹੁਤ ਅੱਛੇ ਸੀਗੇ, ਆਇਲਸ 6.5 ਬੈਂਡ ਸੀਗੇ। ਇੱਕੋ ਡਰਾਬੈਕ ਸੀਗਾ ਕਿ ਇਹਨਾਂ ਦੇ 2020 ਪਾਸ ਆਊਟ ਸੀਗੇ ਤੇ ਇਹਨਾਂ ਦੇ ਜਿਹੜਾ ਪ੍ਰੀਵੀਅਸ ਕੰਸਲਟੈਂਟ ਸੀਗਾ ਉਹਨਾਂ ਨੇ ਇਹਦੇ ਗੈਪ ਨੂੰ ਸਹੀ ਤਰੀਕੇ ਨਾਲ ਜਸਟੀਫਾਈ ਨਹੀਂ ਕੀਤਾ ਸੀਗਾ। ਸੋ ਅਸੀਂ ਕੌਨਫੀਡੈਂਟ ਸੀਗੇ ਕਿ ਇਹਨਾਂ ਦਾ ਵੀਜ਼ਾ ਜਿਹੜਾ ਆ ਸਕਦਾ ਹੈਗਾ। ਸੋ ਅਸੀਂ ਇਹਨਾਂ ਨੂੰ ਦੱਸਿਆ ਜੇ ਆਪਾਂ ਦੁਬਾਰਾ ਰੀਅਪਲਾਈ ਕਰਦੇ ਹਾਂ ਤੁਹਾਡੀ ਡੈਫਰ ਕਰਵਾ ਕੇ, ਠੀਕ ਹੈ, ਤਾਂ ਤੁਹਾਨੂੰ ਡੈਫੀਨੇਟਲੀ ਜਿਹੜਾ ਹੈਗਾ ਵੀਜ਼ਾ ਆਏਗਾ। ਤੁਹਾਡੇ ਤੋਂ ਅਸੀਂ ਐਕਸਟਰਾ ਕੋਈ ਫੰਡ ਦੇ ਡਾਕੂਮੈਂਟ ਜਾਂ ਕੋਈ ਇਨਕਮ ਦੇ ਐਕਸਟਰਾ ਡਾਕੂਮੈਂਟ ਕੁਝ ਇਸ ਤਰ੍ਹਾਂ ਦੀ ਫਾਰਮੈਲਿਟੀ ਕਰਾਈ ਸੀ ਜਾਂ ਕੋਈ ਸੀਏ ਰਿਪੋਰਟ
इस तरह की कोई चीज बनाई सी? नहीं, मैं तो इन्होंने कुछ भी नहीं लगवाया, मैं सिर्फ अपनी प्लस वन प्लस टू दे अपने जो भी टेंथ एंड प्लस टू दे डॉक्यूमेंट सुनने आओ ते आईलेट्स दैट्स इट एंड इन्होंने एसओपी बहुत बढ़िया लिखी सी। ओके, सो बहुत सारे स्टूडेंट ने जेडे सानू अप्रोच करदे ने ਉਹਨਾਂ ਦਾ ਕੰਸਰਨ ਹੁੰਦਾ ਹੈ ਕਿ ਸਾਡੀ ਫਾਈਲ ਦੇ ਵਿੱਚ ਜਿਹੜਾ ਰੀਜ਼ਨ ਲੱਗਿਆ ਹੈਗਾ ਕਿ ਤੁਹਾਡੇ ਕੋਲ ਫਾਈਨੈਂਸ਼ਲੀ ਤੁਸੀਂ ਉਸ ਲੈਵਲ ਤੇ ਸਟੇਬਲ ਨਹੀਂ ਹੋ, ਉਹਦੀ ਰਿਕੁਆਇਰਮੈਂਟ ਨਹੀਂ ਪੂਰੀ ਕਰ ਰਹੇ, ਤਾਂ ਤੁਹਾਨੂੰ ਫੰਡ ਦਿਖਾਉਣੇ ਚਾਹੀਦੇ ਨੇ, ਸੀਏ ਰਿਪੋਰਟ ਵਗੈਰਾ, ਐਸੈਟਸ ਪੇਰੈਂਟਸ ਦੀ ਦਿਖਾਉਣੀ ਚਾਹੀਦੀ ਹੈ। ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੈਗਾ। ਜਿਹੜਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਮਿਲਦਾ ਹੈਗਾ ਉਹ ਪਿਓਰਲੀ ਸਟੂਡੈਂਟ ਬੇਸ ਵੀਜ਼ਾ ਹੈਗਾ। ਜੇਕਰ ਸਟੂਡੈਂਟ ਦੇ ਅੱਛੀ ਪਰਸੈਂਟੇਜ ਹੈਗੀ ਹੈ, ਆਈਲਸ ਉਹਦਾ ਠੀਕ ਹੈਗਾ ਤੇ ਉਹਨੇ ਕੋਰਸ ਇੱਕ ਸਹੀ ਲਿਆ ਹੈਗਾ, ਤਾਂ ਤੁਸੀਂ ਸੇਮ ਪ੍ਰੋਫਾਈਲ ਤੇ ਦੁਬਾਰਾ ਵੀਜ਼ਾ ਲੈ ਸਕਦੇ ਹੋ। ਜਦੋਂ ਇਹ ਸਾਡੇ ਕੋਲ ਆਏ ਸੀ, ਇਹਨਾਂ ਦਾ ਕੋਰਸ ਠੀਕ ਸੀਗਾ, ਅਸੀਂ ਇਹਨਾਂ ਨੂੰ ਇਹੀ ਸਲਾਹ ਦਿੱਤੀ ਕਿ ਤੁਹਾਨੂੰ ਕੋਰਸ ਚੇਂਜ ਕਰਨ ਦੀ, ਕਾਲਜ ਚੇਂਜ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ ਹੈ। ਤੁਸੀਂ ਸੇਮ ਕੋਰਸ ਤੇ ਸੇਮ ਕਾਲਜ ਦੇ ਵਿੱਚ ਵੀਜ਼ਾ ਜਿਹੜਾ ਹੈਗਾ ਪ੍ਰਾਪਤ ਕਰ ਸਕਦੇ ਹੋ। ਬਸ ਜ਼ਰੂਰਤ ਹੈ ਆਪਾਂ ਨੂੰ ਇੱਕ ਸਹੀ ਤਰੀਕੇ ਦੇ ਨਾਲ ਐਸਓਪੀ ਨੂੰ ਬਣਾਉਣ ਦੀ, ਜਿਹਦੇ ਵਿੱਚ ਆਪਾਂ ਪ੍ਰੋਪਰ ਤੁਹਾਡਾ ਜਿਹੜਾ ਹੈਗਾ ਗੈਪ ਜਸਟੀਫਾਈ ਕਰ ਸਕੀਏ। ਸੋ ਅਸੀਂ ਉਹ ਸਾਰਾ ਕੁਝ ਕੀਤਾ, ਤੋਂ ਰਿਜ਼ਲਟ ਤੁਹਾਡੇ ਸਾਹਮਣੇ ਹੈ। ਸੋ ਕੰਗ੍ਰੈਚੁਲੇਸ਼ਨ ਰਾਜੀ ਤੇ ਆਲ ਦਾ ਬੈਸਟ ਸਰ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਮੁਬਾਰਕਾਂ। ਮੈਂ ਚਾਹੂੰਗਾ ਕਿ ਸਾਡੇ ਜਿਹੜੇ ਵਿਊਜ਼ ਨੇ, ਦੋ ਸ਼ਬਦ ਤੁਸੀਂ ਵੀ ਉਹਨਾਂ ਨੂੰ ਕਹੋ ਕਿ ਕਿਵੇਂ, ਕਿਉਂਕਿ ਤੁਸੀਂ ਪਹਿਲਾਂ ਕਿਸੇ ਹੋਰ ਤੋਂ ਫਾਈਲ ਲਗਾਈ ਸੀ, ਹੁਣ ਸਾਡੇ ਤੋਂ ਲਗਾਈ ਫਾਈਲ, ਰਿਜ਼ਲਟ ਵੀ ਆਇਆ ਤੁਹਾਨੂੰ। ਵੀ ਬੀਇੰਗ ਪੇਰੈਂਟਸ ਬਹੁਤ ਟੈਨਸ਼ਨ ਹੁੰਦੀ ਹੈ ਜਦੋਂ ਬੱਚੇ ਅਪਸੈਟ ਹੁੰਦੇ ਨੇ, ਆਪਾਂ ਇੱਕ ਇੰਨਾ ਖਰਚਾ ਕਰਕੇ ਕੀਤਾ ਹੁੰਦਾ ਹੈ ਨਾ। ਸੋ ਮੈਂ ਚਾਹੂੰਗਾ ਦੋ ਸ਼ਬਦ ਸਾਡੇ ਦਰਸ਼ਕਾਂ ਨਾਲ ਤੁਸੀਂ ਵੀ ਕੁਝ ਸਾਂਝੇ ਕਰੋ। ਪਹਿਲੀ ਵਾਰ ਆਇਆ ਸੀ, ਬੜੇ ਡਿਪਰੈਸ਼ਨ ਦੇ ਵਿੱਚ। ਠੀਕ ਹੈ ਜੀ। ਹਾਂਜੀ, ਬਹੁਤ ਪਰੇਸ਼ਾਨ ਤੇ, ਮਤਲਬ ਇਹਨਾਂ ਨੇ ਕੁੜੀ ਦੱਸਿਆ ਵੀ ਇਹ ਕੰਮ ਨਹੀਂ ਹੋ ਸਕਦਾ, ਇਹ ਰਸਤਾ ਬਿਲਕੁਲ ਬੰਦ ਹੋ ਗਿਆ ਸੀ, ਉਹਨਾਂ ਨੇ ਸਾਨੂੰ ਗਾਈਡ ਕੀਤਾ। ਠੀਕ ਹੈ। ਤੁਹਾਡੇ ਕੋਲ ਆਏ, ਤੁਸੀਂ ਸਾਨੂੰ ਅੱਛਾ ਗਾਈਡ ਕੀਤਾ। ਠੀਕ ਹੈ ਜੀ। ਤਾਂ ਥੋੜਾ ਮਾਈਂਡ ਫਰੈਸ਼ ਹੋ ਗਿਆ। ਠੀਕ ਹੈ ਜੀ। ਸੋ ਲੱਗ ਰਿਹਾ ਸੀ ਤੁਹਾਨੂੰ ਵੀ ਸਾਡਾ ਕੰਮ ਬਣ ਜਾਊਗਾ, ਥੋੜਾ 50% ਤੇ ਚਾਂਸ ਲੱਗ ਰਿਹਾ ਸੀ। ਲੱਗ ਰਿਹਾ ਸੀ। ਠੀਕ ਹੈ। ਤੇ ਕੋਈ ਬਹੁਤ ਜ਼ਿਆਦਾ ਕਾਗਜ਼ ਪੱਤਰ ਤਿਆਰ ਕਰਨ ਲਈ ਤੁਹਾਨੂੰ ਕਿਹਾ? ਤੁਹਾਨੂੰ ਬਿਲਕੁਲ ਉਹੀ ਸੇਮ ਫਾਈਲ ਲਗਾਈ ਸੀ। ਸੇਮ ਚੀਜ਼ ਲਗਾਈ। ਠੀਕ ਹੈ। ਸੋ ਸੈਟੀਸਫਾਈ ਹੋ? ਹਾਂਜੀ ਬਿਲਕੁਲ। ਠੀਕ ਹੈ। ਪਹਿਲਾਂ ਜਿਹੜਾ ਕੰਸਲਟੈਂਟ ਸੀਗਾ, ਕੀ ਲੱਗਦਾ ਤੁਹਾਨੂੰ ਵੀ ਕਿੱਥੇ ਕਮੀ ਰਹਿ ਗਈ ਤੇ ਕਿਵੇਂ ਤੁਹਾਨੂੰ ਹੁਣ ਜਿਹੜਾ ਹੁਣ ਠੀਕ ਹੋ ਗਿਆ ਸਿਸਟਮ? ਉਹਨਾਂ ਦਾ ਸਮਝਾਉਣ ਦਾ ਤਰੀਕਾ ਜੀ ਬਹੁਤ ਗਲਤ ਸੀ, ਪ੍ਰੈਸ਼ਰ ਪਾ ਦਿੰਦੇ ਨੇ ਬੰਦੇ ਤੇ। ਠੀਕ ਹੈ। ਮਤਲਬ ਕੁੜੀ ਨੇ ਵੀ ਥੋੜਾ ਦਿੱਕਤ ਆ ਗਈ ਸੀ ਉਹਨਾਂ ਨੂੰ ਸਮਝਾਉਣ ਦਾ ਬਹੁਤ। ਠੀਕ ਹੈ। ਮਤਲਬ ਤੁਹਾਡਾ ਸਮਝਾਉਣ ਦਾ ਬਹੁਤ ਤਰੀਕਾ ਵਧੀਆ ਲੱਗਿਆ ਤੁਹਾਨੂੰ। ਸੋ ਬੇਸਿਕਲੀ ਉਹ ਡਾਇਰੈਕਟ ਡੀਲ ਨਹੀਂ ਕਰਦੇ ਸੀ, ਕਿਸੇ ਦੇ ਥਰੂ ਕੰਮ ਕਰਵਾਉਂਦੇ ਸੀ। ਇਹ ਜਿਹੜੀ ਗਲਤੀ ਹੈ ਬਹੁਤ ਸਾਰੇ ਪੇਰੈਂਟਸ ਜਾਂ ਸਟੂਡੈਂਟ ਕਰ ਲੈਂਦੇ ਨੇ, ਆਇਲਸ ਜਿੱਥੋਂ ਕੀਤਾ ਉਥੋਂ ਫਾਈਲ ਲਗਾ ਦਿੰਦੇ ਨੇ, ਜਾਂ ਕਿਸੇ ਨੇ ਰਿਕਮੈਂਡ ਕਰਤਾ। ਬੱਚੇ ਜਾਂ ਪੇਰੈਂਟਸ ਉਸ ਲੈਵਲ ਦੀ ਰਿਸਰਚ ਪ੍ਰੋਪਰ ਨਹੀਂ ਕਰਦੇ। ਬੈਟਰ ਹੁੰਦਾ ਕਿ ਤੁਸੀਂ ਦੋ ਤਿੰਨ ਅੱਛੇ ਕੰਸਲਟੈਂਟ ਨੂੰ ਫਾਈਲ ਲਗਾਉਣ ਤੋਂ ਪਹਿਲਾਂ ਜ਼ਰੂਰ ਮਿਲੋ, ਡਿਸਕਸ ਕਰੋ ਤੇ ਉਹਨਾਂ ਦਾ ਐਕਸਪੀਰੀਅੰਸ ਚੈੱਕ ਕਰੋ, ਫਿਰ ਹੀ ਤੁਸੀਂ ਫਾਈਲ ਲਗਾਓ। ਠੀਕ ਹੈ। ਕਿਉਂਕਿ ਜੇਕਰ ਤੁਸੀਂ ਐਲੀਜੀਬਲ ਹੋ ਤਾਂ ਤੁਹਾਨੂੰ ਵੀਜ਼ਾ ਜ਼ਰੂਰ ਮਿਲੇਗਾ। ਚਲੋ, ਤੁਹਾਨੂੰ ਫਾਈਨਲੀ ਕੰਮ ਹੋ ਗਿਆ, ਹੁਣ ਖੁਸ਼ ਹੋ? ਹਾਂਜੀ, ਬਹੁਤ ਖੁਸ਼ ਹਾਂ ਜੀ। ਚਲੋ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਹਰਪ੍ਰੀਤ, ਤੁਹਾਨੂੰ ਆਲ ਦਾ ਬੈਸਟ। ਠੀਕ ਹੈ, ਫਾਰ ਯੋਰ ਫਿਊਚਰ। ਦੋਸਤੋ, ਇਹਨਾਂ ਨੇ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕੀਤਾ। ਮੈਂ ਹੋਪ ਕਰਦਾ ਇਹ ਵੀਡੀਓ ਦੇਖਣ ਤੋਂ ਬਾਅਦ, ਖਾਸ ਕਰਕੇ ਜਿਹੜੇ ਸਟੂਡੈਂਟ ਰਿਜ਼ਲਟ ਦੀ ਵੇਟ ਕਰ ਰਹੇ ਨੇ, ਵੀਜ਼ਾ ਰਿਜ਼ਲਟ ਦੀ, ਜਾਂ ਕਿਸੇ ਕਾਰਨ ਜੇ ਕਿਸੇ ਦਾ ਵੀਜ਼ਾ ਰਿਫਿਊਜ਼ ਹੋ ਗਿਆ, ਉਹਨਾਂ ਨੂੰ ਵੀ ਬੜੀ ਹੋਪ ਮਿਲੇਗੀ। ਜੇਕਰ ਤੁਸੀਂ ਸਾਡੀ ਟੀਮ ਦੀ ਕੋਈ ਹੈਲਪ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਸੋਸ਼ਲ ਮੀਡੀਆ ਰਾਹੀਂ ਵੀ ਕੰਟੈਕਟ ਕਰ ਸਕਦੇ ਹੋ, ਜਾਂ ਤੁਸੀਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੀ ਤਰ੍ਹਾਂ ਤੁਹਾਡਾ ਵੀਜ਼ਾ ਲੈਣ ਦੇ ਵਿੱਚ ਵੀ ਤੁਹਾਡੀ ਹੈਲਪ ਕਰ ਸਕੀਏ। ਥੈਂਕ ਯੂ ਵੈਰੀ ਮੱਚ।